हाय फ्रेंड्स वेलकम कर दियो ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਮੀਤ ਅਕੈਡਮੀ ਦੇ ਉਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜੀ ਵੋਲੰਟੀਅਰ ਦੀ ਰਿਕੁਆਇਰਮੈਂਟ ਆਈ ਹੋਈ ਹੈ ਉਹਦੇ ਲਈ ਤੁਸੀਂ ਕਿੱਦਾਂ ਅਪਲਾਈ ਕਰਨਾ ਹੈ ਔਰ ਕੀ ਉਹਦੇ ਵਿੱਚ ਤੁਹਾਨੂੰ ਸੈਲਰੀ ਮਿਲੂਗੀ ਜਾਂ ਕੀ ਉਹਦੇ ਵਿੱਚ ਪ੍ਰੋਸੀਜਰ ਰਹੇਗਾ ਮੈਂ ਤੁਹਾਨੂੰ ਸਾਰਾ ਬਰੀਫ ਦੇ ਵਿੱਚ ਦੱਸਾਂਗੀ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਕਿਉਂਕਿ ਤੁਹਾਨੂੰ ਪਤਾ ਹੈ ਇਸ ਤੋਂ ਪਹਿਲਾਂ ਕਾਫੀ ਸਾਰੇ ਯੂਟਿਊਬਰਸ ਨੇ ਤੁਹਾਨੂੰ ਦੱਸਿਆ ਸੀਗਾ ਇਸ ਰਿਕੁਆਇਰਮੈਂਟ ਦੇ ਬਾਰੇ ਵੋਲੰਟੀਅਰ ਦੇ ਬਾਰੇ ਇਵਨ ਅਸੀਂ ਵੀ ਤੁਹਾਨੂੰ ਦੱਸਿਆ ਸੀਗਾ ਉਹਦੇ ਵਿੱਚ ਕੁਝ ਕਲੈਰਿਟੀ ਨਹੀਂ ਹੋ ਪਾ ਰਹੀ ਸੀ ਕਿ ਉਹਨੂੰ ਐਕਚੁਅਲ ਦੇ ਵਿੱਚ ਅਪਲਾਈ ਕਰਨਾ ਕਿਸ ਤਰ੍ਹਾਂ ਤਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਡਾਊਟ ਕਲੀਅਰ ਹੋਣ ਵਾਲੇ ਆ ਤੇ ਮੈਂ ਤੁਹਾਨੂੰ ਬਰੀਫ ਦੇ ਵਿੱਚ ਹੀ ਦੱਸਾਂਗੀ ਇਹਦੇ ਵਿੱਚ ਕੀ ਪ੍ਰੋਸੀਜਰ ਹੈ ਤੁਹਾਨੂੰ ਕੋਈ ਤਨਖਾਹ ਮਿਲਣੀ ਹੈ ਕਿ ਨਹੀਂ ਮਿਲਣੀ ਤੇ ਕੀ ਅਦਰ ਇਲੀਜੀਬਿਲਟੀ ਹੈ ਔਰ ਕੀ ਇਹਦੇ ਵਿੱਚ ਕੋਈ ਕੁਆਲਿਫਿਕੇਸ਼ਨ ਦੀ ਲਿਮਿਟ ਵੀ ਆ ਉਹ ਵੀ ਮੈਂ ਤੁਹਾਨੂੰ ਇਹਦੇ ਵਿੱਚ ਦੱਸਾਂ ਡਿਟੇਲਸ ਦੇ ਵਿੱਚ ਦੱਸਾਂਗੀ ਕਿ ਕਿਸ ਤਰ੍ਹਾਂ ਤੁਸੀਂ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਸੇਵਾ ਕਰ ਸਕਦੇ ਹੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤੇ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਇਹ ਨਾਲ ਤੁਹਾਨੂੰ ਫ੍ਰੀ ਦੇ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਔਰ ਇਸ ਨੂੰ ਅਪਲਾਈ ਕਰਨ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੀ ਦੇ ਦਿੱਤਾ ਹੈ ਤੁਸੀਂ ਸਿੱਧਾ ਕੋਵਾ ਐਪ ਡਾਊਨਲੋਡ ਕਰਨੀ ਹੈ ਕਈ ਵਾਰ ਹੁੰਦਾ ਹੈ ਕਿ ਉਹਦੇ ਵਿੱਚ ਜਾ ਕੇ ਪਲੇ ਸਟੋਰ 'ਚ ਜਾ ਕੇ ਡਾਊਨਲੋਡ ਨਹੀਂ ਹੋ ਪਾ ਰਹੀ ਮੈਂ ਤੁਹਾਨੂੰ ਸਿੱਧਾ ਲਿੰਕ ਦਿੱਤਾ ਹੈ ਉਸ ਲਿੰਕ ਦੇ ਥਰੂ ਜਾ ਕੇ ਤੁਸੀਂ ਇਸ ਐਪ ਨੂੰ ਪਹਿਲਾਂ ਡਾਊਨਲੋਡ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਲੈਫਟ ਸਾਈਡ ਦੇ ਤਿੰਨ ਆਈਕਨ ਤੁਸੀਂ ਦੇਖ ਸਕਦੇ ਹੋ ਇੱਥੇ ਕਲਿੱਕ ਕਰ ਲੈਣਾ ਤੁਸੀਂ ਜਿਹੜਾ ਮੈਂ ਤੁਹਾਨੂੰ ਮਾਰਕ ਕਰਕੇ ਦੱਸਤਾ ਹੈ ਉਸ ਤੋਂ ਬਾਅਦ ਥੋੜਾ ਜਿਹਾ ਤੁਸੀਂ نیچے ਆਉਂਗੇ ਇਹਨਾਂ ਨੇ ਲਿਖਿਆ ਹੋਇਆ ਵੋਲੰਟੀਅਰ ਬਣੋ ਮੈਂ ਤੁਹਾਨੂੰ ਮਾਰਕ ਕਰਕੇ ਦੱਸ ਰਹੀ ਐ ਇੱਥੇ volunteers ਬਣੋ ਇੱਥੇ ਤੁਸੀਂ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਓਪਨ ਹੋਊਗਾ ਥੋੜਾ ਪ੍ਰੋਸੈਸਿੰਗ ਲਈ ਟਾਈਮ ਲਏਗਾ ਇਸ ਤੋਂ ਬਾਅਦ ਦੇਖੋ ਇਹਨਾਂ ਨੇ ਲਿਖਿਆ ਹੋਇਆ ਕਿ ਟਾਈਪ ਆਫ volunteers ਇਹਦੇ ਵਿੱਚ ਤੁਸੀਂ ਆਪਸ਼ਨ ਜਿਹੜੀ ਹੈ ਚੂਜ਼ ਕਰਨੀ ਹੈ ਇੱਥੇ ਕਲਿੱਕ ਕਰਕੇ ਤੁਸੀਂ ਆਪਸ਼ਨ ਜਿਹੜੀ ਹੈ ਚੂਜ਼ ਕਰ ਲੈਣੀ ਮੈਂ ਤੁਹਾਨੂੰ ਮਾਰਕ ਕਰਕੇ ਦੱਸ ਰਹੀ ਹਾਂ ਠੀਕ ਹੈ ਇੱਥੇ ਜਦੋਂ ਤੁਸੀਂ ਕਲਿੱਕ ਕਰੋਗੇ ਕਿ ਤੁਸੀਂ ਇੰਡੀਵਿਜੂਅਲ ਹੋ ਜਾਂ ਆਰਗੇਨਾਈਜੇਸ਼ਨ ਦੇ ਥਰੂ ਹੋ ਤਾਂ ਤੁਸੀਂ ਇੱਥੇ ਕਲਿੱਕ ਕਰਨਾ ਹੈ ਸਭ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸੈਕਿੰਡ ਯਾ ਇਹਦਾ ਮੈਂ ਤੁਹਾਨੂੰ ਸਿੱਧਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੀ ਦੇ ਦਿੱਤਾ ਹੈ ਸਟੇਟ ਤੁਸੀਂ ਆਪਣੀ ਸਿਲੈਕਟ ਕਰ ਲੈਣੀ ਹੈ ਜਿਹੜੀ ਕਿ ਪੰਜਾਬ ਆ ਠੀਕ ਹੈ ਪੰਜਾਬ ਤੁਸੀਂ ਸਿਲੈਕਟ ਕਰਕੇ ਇੱਥੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਡਿਸਟ੍ਰਿਕਟ ਚੂਜ਼ ਲਿਖਿਆ ਹੋਇਆ ਇੱਥੇ ਤੁਸੀਂ ਕਲਿੱਕ ਕਰ ਲੈਣਾ ਤੁਸੀਂ ਪੰਜਾਬ ਦੇ ਜਿਹੜੇ ਵੀ ਡਿਸਟ੍ਰਿਕਟ ਤੋਂ ਹੋ ਤੁਸੀਂ ਇੱਥੇ অপਸ਼ਨ ਨੂੰ ਸਿਲੈਕਟ ਕਰ ਲੈਣਾ ਹੈ ਠੀਕ ਹੈ ਪਹਿਲਾਂ ਇਹ ਕਿਹਾ ਜਾ ਰਿਹਾ ਸੀ 10 ਡਿਸਟ੍ਰਿਕਟ ਲੀਏ ਇਹਦੇ ਵਿੱਚ ਤਕਰੀਬਨ ਸਾਰੇ ਡਿਸਟ੍ਰਿਕਟ ਹੁਣ ਆ ਰਹੇ ਆ ਇੱਥੇ ਤੁਸੀਂ ਕਲਿੱਕ ਕਰ ਲੈਣਾ ਠੀਕ ਹੈ ਉਸ ਤੋਂ ਬਾਅਦ ਨੈਕਸਟ অপਸ਼ਨ ਤੁਸੀਂ ਦੇਖ ਸਕਦੇ ਹੋ ਤਹਿਸੀਲ ਤੁਹਾਡੀ ਕਿਹੜੀ ਹੈ ਤਹਿਸੀਲ ਤੁਸੀਂ ਸ ਐਡਰੈਸ ਡਾਟਾ ਲਿਖਣਾ ਹੈ ਕੰਪਲੀਟ ਤੁਸੀਂ ਆਪਣਾ ਐਡਰੈਸ ਇਹਦੇ ਵਿੱਚ ਲਿਖਣਾ ਹੈ ਠੀਕ ਹੈ ਐਡਰੈਸ ਲਿਖਣ ਤੋਂ ਬਾਅਦ ਤੁਸੀਂ ਨੈਕਸਟ অপਸ਼ਨ ਦੇਖ ਸਕਦੇ ਆਂ ਨੈਕਸਟ অপਸ਼ਨ ਦੇ ਵਿੱਚ ਦੇਖੋ ਇਹਨਾਂ ਨੇ ਲਿਖਿਆ ਹੋਇਆ ਹੈ ਕਿ ਤੁਸੀਂ ਕੋਈ ਗਵਰਨਮੈਂਟ ਆਈਡੀ ਜਿਹੜੀ ਵੀ ਤੁਹਾਡੇ ਕੋਲ ਹੈਗੀ ਆ ਕੋਈ ਵੀ ਗਵਰਨਮੈਂਟ ਵੱਲੋਂ ਇਸ਼ੂ ਕੀਤੀ ਹੋਈ ਤੁਹਾਡੇ ਕੋਲ ਆਈਡੀ ਆ ਉਹਦਾ ਤੁਸੀਂ ਇੱਥੇ ਜਿਹੜਾ ਨੰਬਰ ਲਿਖ ਦੇਣਾ ਠੀਕ ਹੈ ਆ ਇੰਟਰ ਤੁਸੀਂ ਕਰ ਦੇਣਾ ਮਤਲਬ ਆਈਡੀ ਪ੍ਰੂਫ ਉਸ ਤੋਂ ਬਾਅਦ ਤੁਸੀਂ ਆਈਡੀ ਪ੍ਰੂਫ ਆਪਣਾ ਜਿਹੜਾ ਹੈ ਅਪਲੋਡ ਕਰਨਾ ਬਟ ਉਸ ਤੋਂ ਪਹਿਲਾਂ অপਸ਼ਨ ਤੁਸੀਂ ਉੱਪਰ ਵਾਲੀ ਦੇਖ ਸਕਦੇ ਆ ਜਿਹੜਾ ਵੀ ਤੁਹਾਡੇ ਕੋਲ ਆਈਡੀ ਪ੍ਰੂਫ ਹੈ ਉਹ ਤੁਹਾਨੂੰ ਕਦੋਂ ਇਸ਼ੂ ਕੀਤਾ ਗਿਆ ਹੈ ਉਹ ਤੁਸੀਂ ਇੱਥੇ ਜਿਹੜੀਆਂ ਪਹਿਲਾਂ ਸਿਲੈਕਟ ਕਰਨੀਆਂ ਉਸ ਤੋਂ ਬਾਅਦ ਤੁਸੀਂ ਦੇਖਦੇ ਚੂਸ ਫਾਈਲ ਇੱਥੇ ਜਿਹੜਾ ਵੀ ਤੁਹਾਡਾ ਤੁਸੀਂ ਨੰਬਰ ਦਿੱਤਾ ਹੈ ਗਵਰਨਮ ਸਾਦੇ ਕੀ ਆਰ ਯੂ ਹੈਲਥ professionਲ ਅਗਰ ਤੁਸੀਂ ਹੈਗੇ ਯੈਸ ਕਰ ਦੇਣਾ ਅਗਰ ਨਹੀਂ ਹੈਗੇ ਤਾਂ ਤੁਸੀਂ ਜਿਹੜਾ ਨੋ ਕਰ ਸਕਦੇ ਆ ਉਸ ਤੋਂ ਬਾਅਦ ਦੇਖੋ ਨੈਕਸਟ ਆਪਸ਼ਨ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਨ ਵਿਚ ਫੀਲਡ ਯੂ ਵਾਂਟ ਟੂ سپورਟ ਐਸ ਇਹਦੇ ਵਿੱਚ ਦੇਖੋ ਚੂਜ਼ ਲਿਖਿਆ ਹੋਇਆ ਐਥਲੋਜੀ ਕਲਿੱਕ ਕਰ ਲੈਣਾ ਤੁਹਾਡੇ ਕੋਲ ਆਪਸ਼ਨ ਨਜ਼ਰ ਆਣ ਗਿਆ ਕਮਿਊਨਿਟੀ ਰਿਸਪੌਂਸ ਵੋਲੰਟੀਅਰ ਪੇਸ਼ੈਂਟ ਟ੍ਰਾਂਸਪੋਰਟ ਵੋਲੰਟੀਅਰ ਗਵਰਨਮੈਂਟ ਟ੍ਰਾਂਸਪੋਰਟ ਵੋਲੰਟੀਅਰ ਜਿਹਦੇ ਵਿੱਚ ਵੀ ਤੁਸੀਂ ਇੱਕ ਦੋ ਆਪਸ਼ਨ ਹੋਰ ਇਹ ਨਾਲ ਦੇਖ ਸਕਦੇ ਆ ਜਿਹਦੇ ਵਿੱਚ ਵੀ ਤੁਸੀਂ ਕਰਨਾ ਚਾਹੁੰਦੇ ਉਹਨੂੰ ਤੁਸੀਂ ਸਿਲੈਕਟ ਕਰ ਲੈਣਾ ਹੈ ਸਿਲੈਕਟ ਕਰਨ ਤੋਂ ਬਾਅਦ ਨੈਕਸਟ ਆਪਸ਼ਨ ਤੁਸੀਂ ਦੇਖ ਸਕਦੇ ਆ ਕਿ ਤੁਸੀਂ ਆਨਸਾਈਡ ਕਰਨਾ ਚਾਹੁੰਦੇ ਹੋ ਜਾਂ ਫਿਰ ਆਫਸਾਈਡ ਕਰਨਾ ਚਾਹੁੰਦੇ ਹੋ ਜੇ ਕਰ ਲੈਣਾ ਹੁਣ ਗੱਲ ਕਰਦੇ ਆ ਇਹਦੇ ਵਿੱਚ ਕੁਆਲਿਫਿਕੇਸ਼ਨ ਵਗੈਰਾ ਕੀ ਹੈ ਦੇਖੋ ਇਹਨਾਂ ਨੇ ਇਹਦੇ ਵਿੱਚ ਕੋਈ ਵੀ ਕੁਆਲਿਫਿਕੇਸ਼ਨ ਦੀ ਲਿਮਿਟ ਨਹੀਂ ਰੱਖੀ ਹੋਈ ਹੈ ਕੋਈ ਵੀ ਇੱਥੇ ਅਪਲਾਈ ਕਰ ਸਕਦਾ ਹੈ ਕੋਈ ਵੀ ਪੁਲਿਸ ਦੇ ਨਾਲ ਮਿਲ ਕੇ ਸੇਵਾ ਕਰ ਸਕਦਾ ਹੈ ਮਤਲਬ ਐਜ਼ ਅ ਵੋਲੰਟੀਅਰ ਤੁਹਾਡਾ ਜਿਹੜਾ ਇਹਦੇ ਵਿੱਚ ਕੰਮ ਰਹੇਗਾ ਤਨਖਾਹ ਤਾਂ ਇਹਨਾਂ ਨੇ ਕੁਝ ਵੀ ਇੱਥੇ ਮੈਂਸ਼ਨ ਨਹੀਂ ਕੀਤਾ ਕਿ ਤੁਹਾਨੂੰ ਦੇਣੀ ਹੈ ਕਿ ਨਹੀਂ ਦੇਣੀ ਹੈ ਠੀਕ ਹੈ ਮੇਰੇ ਅਕੋਰਡਿੰਗਲੀ ਤਾਂ ਦੇਖੋ ਇਹਦੇ ਵਿੱਚ ਸੈਲਰੀ ਨਹੀਂ ਹੈ ਠੀਕ ਹੈ ਐਜ਼ ਅ ਵੋਲੰਟੀਅਰ ਤੁਸੀਂ ਪੰਜਾਬ ਪੁਲਿਸ ਨਾਲ ਮਿਲ ਕੇ ਜਿਹੜੀਆਂ ਸੇਵਾ ਕਰਨੀਆਂ ਐ ਬਾਕੀ ਜਦੋਂ ਤੁਹਾਨੂੰ ਕੋਲਾਂਗੇ ਉੱਥੇ ਜਾ ਕੇ ਵੀ ਤੁਸੀਂ ਆਪ ਵੀ ਕਨਫਰਮ ਕਰ ਸਕਦੇ ਆ ਠੀਕ ਹੈ ਸਾਰੀ ਡਿਟੇ ਤਾਂ ਦਾ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੀ ਦੇ ਦਿੱਤਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ